ਤੂੰ ਉਹ ਮੇਰੀ ਨਜ਼ਰ ਵਿੱਚ ਸਭ ਤੋਂ ਟੌਪ ਦੇ ਪਲੇਅਰ ਸੀ। ਇੱਕ ਤਾਂ ਵੀਰੇ ਅਜਰ ਸਿੰਘ ਘੋੜਾ ਔਰ ਤੁਹਾਡਾ ਨਾਮ ਵੀਰੇ ਫਿਰ ਜਰਮਨਜੀਤ ਸਿੰਘ ਲੱਡਾ ਪਿੰਡ ਬਲਪੁਰੀਆਂ ਜੀ ਜ਼ਿਲ੍ਹਾ ਗੁਰਦਾਸਪੁਰ ਜਿਹੜੇ ਇੱਕ ਟੌਪ ਦੇ ਪਲੇਅਰ ਹੈ ਵੀਰੇ ਔਰ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਇਹ ਆ ਕਿ ਇਹ ਸਭ ਤੋਂ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਆ ਔਰ ਗੁਰਸਿੱਖ ਨੇ ਉਹਨਾਂ ਦੇ ਨਾਲ ਜਿਹੜੇ ਸਾਡੇ ਮਾਝੇ ਦੇ ਜਾਣੇ ਪਛਾਣੇ ਉਸਤਾਦ ਮਨਜੀਤ ਸਿੰਘ ਜੀ ਖੜੇ ਆ ਉਹਨਾਂ ਦੇ ਸਤਿਕਾਰ ਵਜੋਂ ਸਾਰੇ ਖੜੇ ਆ ਔਰ ਤੁਹਾਡਾ ਦੋ ਗੱਲਾਂ ਤੁਹਾਡੇ ਨਾਲ ਵੀਰੇ ਸਾਂਝੀਆਂ ਕਰਾਂਗੇ। ਸੋ ਲੱਡਾ ਵੀਰ ਜੀ ਕਬੱਡੀ ਬਾਰੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਬੱਡੀ ਦਾ ਆਉਣ ਵਾਲੇ 5-10 ਸਾਲਾਂ 'ਚ ਭਵਿੱਖ ਕੀ ਆ? ਕਬੱਡੀ ਦਾ ਇਸ ਟਾਈਮ ਬਹੁਤ ਵਧੀਆ ਭਵਿੱਖ ਆ ਬਈ, ਟੌਪ ਟੈਸਟ ਹੋ ਰਹੇ ਆ, ਟੌਪ ਟੈਸਟ ਹੋ ਰਹੇ ਸਾਰਿਆਂ ਦੇ। ਨਹੀਂ ਜੀ ਟੌਪ ਟੈਸਟ ਕਹਿੰਦੇ ਮਹਿੰਗਾ ਬੜਾ ਤੇ ਫਿਰ ਆ ਜਾਓ ਆਮ ਮਿਲੇ ਕੀ ਹੋਇਆ ਕਰੂ ਜਾਂ ਬਾਈ ਫੈਡਰੇਸ਼ਨ ਦੇ ਕੱਪਾ ਜਾਇਆ ਕਰੂ ਚਾਹੀਦਾ ਬਾਹਰ ਜਾਣਾ। ਪਿੱਛੇ ਜੇ ਇਸ ਤਰ੍ਹਾਂ ਗੱਲ ਹੋਈ ਸੀ ਵੀਰੇ ਕੈਨੇਡਾ ਦੇ ਵਿੱਚ ਵੀ ਬੜੇ ਬੜੇ ਪਾਲੇ ਵਰਗੇ ਵੀਰਾਂ ਦੇ ਕਈ ਵੀਰਾਂ ਦੇ ਦੋਸ਼ ਲੱਗਿਆ ਕਿ ਉਹਨਾਂ ਨੇ ਸਟੀਰਾਇਡ ਯੂਜ਼ ਕੀਤੀ ਆ ਔਰ ਉਹਨਾਂ ਸਾਰਿਆਂ ਨੂੰ ਫੈਡਰੇਸ਼ਨ ਦੇ ਵਿੱਚੋਂ ਆਊਟ ਵੀ ਕੀਤਾ ਗਿਆ। ਤੁਹਾਡਾ ਇਹਨਾਂ ਬਾਰੇ ਕੀ ਵਿਚਾਰ ਸੀ ਕਿਉਂਕਿ ਪਾਲੇ ਦੇ ਬਾਅਦ ਸਫਾਈ ਵੀ ਦਿੱਤੀ ਸੀ ਕਿ ਮੇਰੇ ਦੇ ਬਿਲਕੁਲ ਇਹ ਝੂਠੇ ਦੋਸ਼ ਲੱਗੇ ਆ, ਤੁਸੀਂ ਇਹਦੇ ਬਾਰੇ ਕੁਛ ਕਹਿ ਸਕਦੇ ਹੋ ਦੱਸੋ? ਭਾਜੀ ਮੈਂ ਅਸੀਂ ਇਹਦੇ ਬਾਰੇ ਕੋਈ ਨਹੀਂ ਕਹਿ ਸਕਦੇ, ਫਿਰ ਕਈ ਸਟੀਰਾਇਡ ਕਰਦੇ ਵੀ ਆ ਕਈ ਨਹੀਂ ਵੀ ਕਰਦੇ, ਇਹ 'ਚ ਅਸੀਂ ਕੋਈ ਨਹੀਂ ਕਰਦੇ। ਇਹ ਸਟੀਰਾਇਡ ਹੈਗੀ ਆ ਲੱਡਾ ਜੀ, ਇਹਦੇ ਵਿੱਚ ਜੋ ਦੇਸੀ ਖੁਰਾਕ ਹੈ ਜੋ ਦੇਸੀ ਘਿਓ ਕਹਿ ਦਿੰਦੇ ਆ, ਦੁੱਧ ਕਹਿ ਦਿੰਦੇ ਆ, ਦਹੀਂ ਕਹਿ ਦਿੰਦੇ ਆ, ਅਤੇ ਸਟੀਰਾਇਡ ਦੇ ਦੋਵਾਂ ਖੁਰਾਕਾਂ ਵਿੱਚ ਤੁਸੀਂ ਕੀ ਫਰਕ ਸਮਝਦੇ? ਦੋਵਾਂ ਖੁਰਾਕਾਂ 'ਚ ਇਹ ਫਰਕ ਆ, ਸਟੀਰਾਇਡ ਜਿਹੜਾ ਬੰਦਾ ਕਰਦਾ ਉਹ ਖੇਡਦਾ 2-4 ਸਾਲ, ਦੋ ਦੇਸੀ ਖੁਰਾਕ ਮਿਲੂਗਾ ਉਹ ਲੰਮਾ ਟਾਈਮ। ਲੱਡੇ ਦਾ ਕਹਿਣਾ ਵੀਰੇ ਕਿ ਓਲਡ ਇਜ਼ ਗੋਲਡ, ਜੋ ਪੁਰਾਣੀਆਂ ਖੁਰਾਕਾਂ ਆ ਉਹੀ ਜ਼ਿਆਦਾ ਚੱਲ, ਜੇ ਲੰਮੀ ਰੇਸ ਦਾ ਘੋੜਾ ਦੌੜੂਗਾ ਅਤੇ ਪੁਰਾਣੀਆਂ ਖੁਰਾਕਾਂ ਦੇ ਨਾਲ ਲੰਮੀ ਰੇਸ ਦਾ ਦੌੜੂਗਾ। ਜੇ 1-2 ਸਾਲ 'ਤੇ ਮੁੜ ਕੇ ਜਿਹੜਾ ਗਾਣਾ ਲੱਗਦਾ ਨਛੱਤਰ ਗਿੱਲ ਦਾ, ਜੇ ਉਹ ਗਾਣਾ 2 ਸਾਲਾਂ ਬਾਅਦ ਲੱਗ ਜਾਣਾ ਆ ਤਾਂ ਵੀਰੇ ਉਹਦੇ ਵਾਸਤੇ ਸਟੀਰਾਇਡ ਆ। ਅਤੇ ਜੇ ਤੁਸੀਂ ਲੰਬੀਆਂ ਦੌੜਾਂ ਖੇਡਣੀਆਂ ਆ ਅਤੇ ਲੰਬੀਆਂ ਦੌੜਾਂ ਦੇ ਵਾਸਤੇ ਵੀਰੇ ਤੁਹਾਨੂੰ ਉਹੀ ਪੁਰਾਣੀਆਂ ਖੁਰਾਕਾਂ ਅਤੇ ਉਹੀ ਪੁਰਾਣੀ ਮਿਹਨਤ ਆ। ਲੱਡਾ ਜੀ ਤੁਹਾਡੀ ਮਿਹਨਤ ਦਾ ਕੀ ਸਟਾਈਲ ਆ, ਤੁਸੀਂ ਮਿਹਨਤ ਕਿਸ ਤਰ੍ਹਾਂ ਕਰਦੇ ਜੀ? ਇਸ ਦਾ ਸਿਰ 4:30 ਗਰਾਊਂਡੇ ਜਾਈਦਾ, ਗਰਾਊਂਡੇ ਜਾ ਕੇ ਜਿੰਨਾ ਰਨਿੰਗ ਕਰੀਦੀ ਫਿਰ ਸਪਰਿੰਟਾਂ ਟਾਇਰ ਲਾਈਦਾ, ਮਿਹਨਤ ਕਰਕੇ ਆਈਦਾ ਬਾਡੇ ਡਾਂਡਾ। ਤੁਹਾਡੇ ਕਲੱਬ ਦਾ ਨਾਂ ਕੀ ਵੀਰੇ? ਪੰਜਾਬ ਦੇ ਜਿੰਨੇ ਵੀ ਪਲੇਅਰ ਆ ਮੈਂ ਤੁਹਾਡੇ ਵੇਖ ਰਿਹਾ ਔਰ ਜਿੰਨੇ ਵੀ ਇਸ ਵੇਲੇ ਦਰਸ਼ਕ ਪੂਰੀ ਦੁਨੀਆਂ ਦੇ ਉੱਪਰ ਵੇਖ ਰਹੇ ਹੋਣਗੇ, ਆਵਾਜ਼ੇ ਕੌਮ ਟੀਵੀ ਦੇ ਵਿੱਚ ਵੀਰੇ ਅਸੀਂ ਇਸ ਵੇਲੇ ਗੱਲ ਕਰ ਰਹੇ ਹਾਂ, ਜਿੰਨੇ ਵੀ ਦਰਸ਼ਕ ਵੇਖ ਰਹੇ ਆ ਉਹਨਾਂ ਦੇ ਸਰੀਰ ਵੱਲ ਵੇਖ ਕੇ ਤੁਸੀਂ ਵੇਖ ਰਹੇ ਜੋ ਸਟੀਰਾਇਡ ਦੀਆਂ ਬੋਡੀਆਂ ਜਾਂ ਆਮ ਘਿਓ ਦੁੱਧ ਵਾਲੀਆਂ ਬੋਡੀਆਂ ਆ, ਇਹਨਾਂ ਦਾ ਫਰਕ ਸਾਨੂੰ ਤਕਰੀਬਨ ਚੰਗੇ ਪਾਰਖੂ ਬੰਦੇ ਨੂੰ ਜੋ ਅਸਲੀ ਦਰਸ਼ਕ ਵੇਖਣ ਵਾਲੇ ਉਹ ਪਛਾਣ ਲੈਂਦੇ ਆ। ਔਰ ਅਸੀਂ ਉਹੀ ਪਛਾਣ ਕੇ ਤੁਹਾਡੇ ਸਾਹਮਣੇ 2 ਪਲੇਅਰ ਮੈਂ ਅੱਗੇ ਲੈ ਕੇ ਆਇਆ ਸਾਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਸੀ ਕਿ ਇਹ ਆਮ ਖੁਰਾਕਾਂ ਦੇ ਪਲੇ ਹੋਏ ਬੰਦੇ ਆ। ਸੋ ਲੱਡਾ ਜੀ ਸਭ ਤੋਂ ਵਧੀਆ ਦੁਨੀਆਂ ਨੂੰ ਇੱਕ ਵਧੀਆ ਮੈਸੇਜ ਦਿਓ, ਆਉਣ ਵਾਲੀ ਕਬੱਡੀ ਦਾ ਭਵਿੱਖ ਕੀ ਆ ਉਹਦੇ ਵਿੱਚ, ਤਾਂ ਅਸੀਂ ਲੰਮੀ ਗੇਮ ਕਿਸ ਤਰ੍ਹਾਂ ਖੇਡਾਂਗੇ ਇਹਦੇ ਬਾਰੇ ਤੁਸੀਂ ਆਪਣਾ ਕੁਛ ਥੋੜ੍ਹਾ ਜਾਣਨਾ ਪਾਓ। ਅਸੀਂ ਲੰਮੀ ਗੇਮ ਇੱਦਾਂ ਖੇਡਦੇ, ਜੇ ਲਗਾਤਾਰ ਮਿਹਨਤ ਲਾਈਏ ਅਤੇ ਦੇਸੀ ਖੁਰਾਕ ਆਈਏ ਤਾਂ ਲੰਮੀ ਗੇਮ ਖੇਡ ਸਕਦੇ ਹਾਂ, ਜੇ ਅਸੀਂ ਥੋੜ੍ਹਾ ਚਿਰ ਖੇਡਣੀ ਆ ਸਟੀਰਾਇਡ ਕਰਕੇ ਉਹ ਤਾਂ ਥੋੜ੍ਹਾ ਚਿਰ ਹੀ ਬੰਦਾ ਖੇਡ ਸਕਦਾ। ਕੁੱਟ ਕੁੱਟ ਕੇ ਖਿਲਾਰੇ ਸੱਟ ਵਾਂਝ ਵਾਂਗੂ ਮਾਰੇ, ਕੁੱਟ ਕੁੱਟ ਕੇ ਖਿਲਾਰੇ ਸੱਟ ਵਾਂਝ ਵਾਂਗੂ ਮਾਰੇ, ਖੜਾ ਲੱਗਦਾ ਮੈਦਾਨ ਵਿੱਚ ਕੰਧ ਵਰਗਾ ਰਾਣੇ ਵਾਂਝ ਦੇ ਇਲਾਕੇ ਦਾ ਇਹ ਪੈਦਾ ਹੋਇਆ ਸੀ। ਇਹ ਉਸੇ ਇਲਾਕੇ 2-4-5 ਮਿੰਟ ਲੱਗੇ ਜੇ ਤਾਂ ਇਹਨਾਂ ਦਾ ਖੇਡਾ ਚੱਲਦਾ ਸੀ। ਉਹ ਜਦੋਂ ਤੱਕ ਦੁਨੀਆ ਰਹੂਗੀ ਉਦੋਂ ਤੱਕ ਰਾਣੇ ਵਾਂਝਦੇ ਕਬੱਡੀ ਤੱਕ ਪਹੁੰਚਣ ਲਈ ਜੇ ਦੌੜਾਂ ਲੱਗਣਗੀਆਂ, ਜੇ ਖੁਰਾਕਾਂ ਕੋਈ ਉਹ ਪੁਰਾਣੀਆਂ ਖਾਓਗੇ ਤੇ ਉਸ ਲੈਵਲ ਤੇ ਵੀਰੇ ਪਹੁੰਚਿਆ ਜਾਣਾ। ਮੇਰੇ ਨਾਲ ਸਰਦਾਰ ਜੀ ਖੜੇ ਆ ਔਰ ਮੈਂ ਖਰੀ ਗੱਲ ਕਰਦਾ ਆ ਕਿ ਉਹਨਾਂ ਖੁਰਾਕਾਂ ਨੂੰ ਸਾਨੂੰ ਲੈਣਾ ਪਊਗਾ ਅਗਰ ਅਸੀਂ ਉਹਦੇ ਲੈਵਲ ਵਿੱਚ ਪਹੁੰਚਣਾ ਆ। ਤੇ ਜੇ ਸਟੀਰਾਇਡ ਖਾਣੇ ਤਾਂ ਸਾਡੀ 2 ਸਾਲ ਤੋਂ ਵੱਧ ਗੇਮ ਨਹੀਂ ਲੱਗਦੀ। ਔਰ ਦੁਨੀਆਂ ਵਿੱਚ ਇੱਕੋ ਚੀਜ਼ ਯਾਦ ਰੱਖਿਓ ਕਿ ਹਮੇਸ਼ਾ ਵੇ ਮੈਂ ਵਿੱਚ ਮੈਦਾਨਾਂ ਜੰਮੀ, ਵੇ ਮੈਂ ਜੁਲਮਾਂ ਅੱਗੇ ਥੰਮੀ, ਵੇ ਮੇਰੀ ਉਮਰ ਜੁਗਾਂ ਤੱਕ ਲੰਮੀ,
ਬਣ ਗਈ ਨੋਟਾਂ ਦੀ ਖੱਡੀ। ਵੇ ਮੈਂ ਰਾਣੀ ਪੰਜ ਦਰਿਆਵਾਂ ਦੀ, ਮੈਨੂੰ ਕਹਿੰਦੇ ਲੋਕ ਕਬੱਡੀ, ਵੇ ਮੈਨੂੰ ਕਹਿੰਦੇ ਲੋਕ ਕਬੱਡੀ, ਮੈਨੂੰ ਕਹਿੰਦੇ ਲੋਕ ਕਬੱਡੀ। ਧੰਨਵਾਦ ਵੀਰੇ।